देखो तेजिंदर दे नाल ही फोटो खिचाउण नूं फिरदा बिलकुल तेजिंदर दे मगर मगर फिरदा जी भरावा जाण दे हुण मॉर्निंग सारिआं नूं जी तुहाडा बहुत बहुत स्वागत आ सिद्धू रेंज वाला ब्लॉग उम्मीद करना कि तुसीं सारे घेंट होवोगे वधिया होणगे सारे वधिया होंदे ने आ गई तेजिंदर सोमवार तरीक हैगी आ 3 अगस्त अगस्त ही चलो अगस्त चलना 15 अगस्त सानू याद नहीं सही 8वां महीना अगस्त चलना अपने घर तो 80-85 किलोमीटर उत्थे घूमण आया दिखाने अंदर जाके वैसे की हाल चाल है की हिसाब किताब निकलता किन्ने के पैसे लगते ने किन्नी टिकट आ सारा रिव्यू देवांगे अंदर कि कहना चाहेंगा कुछ चलो फिर करते वीडियो स्टार्ट मार दे सेल्फ कुंडिया मचा करा गया मुंडा मुंडा थोड़ी बहुत हो गया जी हौली हौली करते हरमन चिमे वाले मुछा रखनी लो जी ट्रेन आ गई है पिछे घूमती पई है ਉਹ ਦੇਖੀ ਸਾਡੇ ਪਿੱਛੇ ਟ੍ਰੇਨ ਅਸੀਂ ਇਹ 'ਚ ਬੈਠਾਂਗੇ ਇਹ ਵੀਡੀਓ ਤੇਜਿੰਦਰ ਸਿੰਘ ਬਣਾ ਰਿਹਾ ਯੂਟਿਊਬਰ ਦੇਖਾਂਗੇ ਕਿਹੋ ਜਿਹਾ ਆਪਣਾ ਕੈਮਰਾ ਲਈ ਫਿਰਦਾ ਦੇਖੋ ਮੇਰੇ ਕੋਲੇ ਟ੍ਰਾਈਪੋਡ ਮਰਿਆ ਜਿਹਾ ਇਹ ਮੈਨੂੰ ਵੀਡੀਓ ਸੈਂਡ ਕਰ ਦੂਗਾ ਜੀ ਜਿਹੜੀਆਂ ਇਹਦੇ 'ਚ ਰਿਕਾਰਡ ਹੋਣਗੀਆਂ ਉਹ ਕਿੱਥੇ ਚੱਕ ਤਾ ਭੜਾਵਾ ਕਿੱਥੇ ਚੱਕਤਾ ਇਹ ਹਜੇ ਨਵਾਂ ਕੈਮਰਾਮੈਨ ਆ ਜੀ ਟ੍ਰੇਨ ਹਾਰਨ ਮਾਰਦੀ ਇਹਦੀ ਸਟੇਸ਼ਨ ਆ ਗਿਆ ਉੱਥੇ ਗਾਂ ਅਤੇ ਅਸੀਂ ਵੀ ਜਾ ਕੇ ਦੇਖਦੇ ਹਾਂ ਕੀ ਹਿਸਾਬ ਕਿਤਾਬ ਆ ਹੈ ਨਾ ਅਸੀਂ ਫਿਰਦੇ ਹੀ ਅੰਦਰ ਅਤੇ ਟਿਕਟਾਂ ਤੁਹਾਨੂੰ ਦੱਸ ਹੀ ਦਿੱਤਾ $68 ਪਲੱਸ ਇੰਟਰੀ ਆ ਜੀ ਛੱਤ ਬੀੜ ਦੀ ਅਤੇ ਨਾਲ ਛੱਤ ਬੀੜ ਪੰਜਾਬੀ ਆਉਂਦੀ ਰਹਿੰਦੀ ਪਟਿਆਲੇ ਪਟਿਆਲੇ ਵਾਲੇ ਬੰਦੇ ਅਸੀਂ ਛੱਤ ਬੀੜ ਉੱਥੇ ਪਟਿਆਲੇ ਸੀ ਨਾ ਅਤੇ ਉਹ ਹਜੇ ਵੀ ਛੱਤ ਬੀੜ ਹੀ ਯਾਦ ਆਉਂਦੀ ਇੱਥੇ ਜ਼ੂ ਆ ਜੀ ਉਹਦੀ ਟਿਕਟ ਪਲੱਸ ਟ੍ਰੇਨ ਦੀ ਟਿਕਟ ਆ ਅਤੇ ਆਹ ਨਾਕੋ ਹੀ ਸਾਡਾ ਬੰਦਾ ਇਹ ਆਪਦਾ ਹੁਣ ਆਪਦਾ ਹੀ ਬਣਾਈ ਜਾਂਦਾ ਵੀਡੀਓ ਇਹਨੇ ਲੈ ਤਾਂ ਲਿਆ ਖੜਾਉਣਾ ਜਿਹਾ ਕਦੇ ਬੰਦ ਹੋ ਜਾਂਦਾ ਕਦੇ ਚੱਲ ਪੈਂਦਾ ਅਤੇ ਅਸੀਂ ਹੁਣ ਦੇਖਦੇ ਹਾਂ ਜਾ ਕੇ ਉਹ ਆ ਗਏ ਸਾਹਮਣੇ ਟ੍ਰੇਨ ਸਟੇਸ਼ਨ ਉੱਥੇ ਜਾਂਦੇ ਹਾਂ ਵੈਸੇ ਟ੍ਰੇਨ ਅਸੀਂ ਮਿਸ ਕਰਤੀ ਟ੍ਰੇਨ ਮਿਸ ਹੋ ਗਈ ਆਪਣੀ ਲੈ ਹੋਰ ਕੀ ਉਹ ਦੇਖੋ ਜੀ ਮਗਰ ਸਟੇਸ਼ਨ ਆ ਹੌਰਨ ਤੁਹਾਨੂੰ ਸੁਣਦਾ ਹੋਣਾ ਟ੍ਰੇਨ ਅਸੀਂ ਮਿਸ ਕਰਤੀ ਸਾਨੂੰ ਹੁਣ ਥੋੜ੍ਹਾ ਜੀ ਵੇਟ ਕਰਨੀ ਪੈਣੀ ਆ ਆ ਦਿਓ ਸੱਪ ਲਮਕਦਾ ਇੱਧਰ ਮੇਰੀ ਮਗਰ ਦੇਖੋ ਜੀ ਸੱਪ ਲਮਕਦਾ ਨਕਲੀ ਆ ਸਟੇਸ਼ਨ 'ਤੇ ਬੈਠੀ ਹੈ ਬਹੁਤ ਟਾਈਮ ਹੋ ਗਿਆ ਮੈਂ ਤਾਂ ਵੈਸੇ ਵੀ ਟ੍ਰੇਨ 'ਚ ਨਹੀਂ ਬੈਠਿਆ ਬਹੁਤ ਟਾਈਮ ਹੋ ਗਿਆ ਵੇਟ ਹੋ ਰਹੀ ਟ੍ਰੇਨ ਦੀ ਪਿੱਛੇ ਤੁਹਾਨੂੰ ਲੋਕੇਸ਼ਨ ਦਿਖਦੀ ਹੋਣੀ ਬਹੁਤ ਸੋਹਣੀ ਲੋਕੇਸ਼ਨ ਆ ਥੋੜ੍ਹਾ ਜਿਹਾ ਅੱਜ ਬੱਦਲਵਾਈ ਆ ਤਾਂ ਕਰਕੇ ਥੋੜ੍ਹਾ ਜਿਹਾ ਆਪਣਾ ਸਾਫ਼ ਨਹੀਂ ਬਣਨੀ ਕਿਉਂਕਿ ਆਪਾਂ ਮੋਬਾਈਲ 'ਤੇ ਬਣਾ ਰਹੇ ਹਾਂ ਜੇਕਰ ਧੁੱਪ ਧੁੱਪ ਨਿਕਲੀ ਹੋਵੇ ਤਾਂ ਬਹੁਤ ਵਧੀਆ ਲੋਕੇਸ਼ਨ ਆ ਅਤੇ ਤੁਹਾਨੂੰ ਪਿੱਛੇ ਇੱਕ ਹੋਰ ਦਿਖਾਉਣਾ ਲੋਕੇਸ਼ਨ ਉਹ ਦੇਖੋ ਜੀ ਬੰਦਾ ਇਹ ਮੈਨੂੰ ਲੱਗਦਾ ਨਾ ਜਿਹੜੇ ਘੁੰਮਣਾ ਇਹ ਇਹੀ ਡੰਡੇ ਨਾਲ ਹੀ ਘੁੰਮੂਗਾ ਅੱਜ ਇਹਨੇ ਕੁਛ ਨਹੀਂ ਦੇਖਣਾ ਇਹਨੇ ਸਿਰਫ ਆਪਦਾ ਡੰਡਾ ਦੇਖਣਾ ਜਿਹੜਾ ਲਿਆਉਂਦਾ ਇਹਨੇ ਇਹੀ ਚੱਕੀ ਫਿਰਦਾ ਨਾ ਆਲਾ ਦੁਆਲਾ ਦੇਖਦਾ ਨਾ ਲੈਣਾ ਨਾ ਦੇਣਾ ਇਹਨੂੰ ਕਦੇ ਇਹ ਦਿਨ ਸੀਗਾ ਕਿ ਮੈਂ ਬੱਸ 'ਚ ਕਦੇ ਆਸਟ੍ਰੇਲੀਆ 'ਚ ਬੈਠਿਆ ਨਹੀਂ ਸੀ ਜਦੋਂ ਬੈਠਿਆ ਅੱਜ ਸਵਾਰੀਆਂ ਲੈ ਕੇ ਕਿੱਧਰ ਲੈ ਗਿਆ ਓਏ ਆਪੇ ਚਲਾ ਗਿਆ ਇਹ ਜਿੱਦਣ ਮੈਂ ਉਹ ਕਿੱਧਰ ਲੈ ਜਿੱਦਣ ਮੈਂ ਬੈਠਿਆ ਟ੍ਰੇਨ ਬੱਸ 'ਚ ਫਿਰ ਮੈਂ ਉਤਰਿਆ ਨਹੀਂ ਮੈਂ ਰੋਜ਼ 8-8 ਘੰਟੇ ਬੱਸ 'ਚ ਬਹਿਣਾ ਅਤੇ ਹੁਣ ਟ੍ਰੇਨ 'ਚ ਬੈਠਣ ਨੂੰ ਸਦੀਆਂ ਹੋ ਗਈਆਂ ਨੇ ਅਤੇ ਕਦੇ ਨਾ ਕਦੇ ਟ੍ਰੇਨ 'ਚ ਬੈਠਾਂਗੇ ਪਰ ਅੱਜ ਲੋਕਲ ਹੈ ਟ੍ਰੇਨ ਰਿਪੋਰਟਰ ਸਾਹਿਬ ਕਹਿ ਰਹੇ ਨੇ ਜੀ ਟ੍ਰੇਨ ਆ ਚੁੱਕੀ ਆ ਟ੍ਰੇਨ ਜਿਵੇਂ ਇੰਡੀਆ 'ਚ ਲੇਟ ਹੁੰਦੀਆਂ ਨੇ ਹਾਰਨ ਵੱਜਦੇ ਜਿਵੇਂ ਟ੍ਰੇਨਾਂ ਇੰਡੀਆ 'ਚ ਲੇਟ ਹੁੰਦੀਆਂ ਨੇ ਇੱਥੇ ਵੀ ਲੇਟ ਹੋ ਗਈ ਆ ਅਤੇ ਪਹੁੰਚ ਗਈ ਆ ਇਹ ਸਾਨੂੰ ਕਿੱਥੇ ਲੈ ਕੇ ਜਾਊਗੀ ਇਹ ਸਾਨੂੰ ਵੀ ਆਈਡੀਆ ਨਹੀਂ ਹੈਗਾ ਪਰ ਲੱਗਦਾ ਮਤਲਬ 20-25 ਮਿੰਟ ਦਾ ਟ੍ਰਿਪ ਹੈਗਾ ਚਲੋ ਫਿਰ ਫੋਲੋ ਮੀ ਬਹਿ ਗਏ ਟ੍ਰੇਨ 'ਚ ਟ੍ਰੇਨ 'ਚ ਬੈਠ ਗਏ ਸਭ ਤੋਂ ਪਿਛਲੇ ਡੱਬੇ 'ਚ ਅਸੀਂ ਕਲਾਸ 'ਚ ਪਿੱਛੇ ਬੈਠਦੇ ਜੀ ਟ੍ਰੇਨ 'ਚ ਵੀ ਪਿੱਛੇ ਬੈਠਦੇ ਪਿੱਛੇ ਰੌਲਾ ਪਾਉਣਾ ਸੌਖਾ ਹੁੰਦਾ ਥੋੜੇ ਕਾਲੇ ਆ ਰਹੇ ਆ ਬਾਰੇ ਕੋਈ ਗੱਲ ਨਹੀਂ ਇਹ ਸਾਡਾ ਜੈਨੂਅਲ ਕਲਰ ਨਹੀਂ ਇਗਨੋਰ ਜੈਨੂਅਲ ਤਾਂ ਨਹੀਂ ਹੈ ਕਿ ਇਹਦਾ ਨਕਲੀ ਆ ਦੇਖੋ ਹੱਥ ਮੇਰਾ ਕਿੰਨਾ ਗੂਰਾ ਆਇਆ ਇਹ ਚਾਨਣ ਦੇ ਅੱਗੇ ਉੱਤੇ ਛੱਤ ਆਈ ਇਸ ਕਰਕੇ ਟ੍ਰੇਨ ਸਾਡੀ ਲੰਘ ਰਹੀ ਹੈ ਜੰਗਲ ਦੇ ਵਿੱਚ ਦੀ ਬੜਾ ਘੈਂਟ ਨਜ਼ਾਰਾ ਆ ਰਿਹਾ ਪੂਰਾ ਘੈਂਟ ਘੈਂਟ ਆਹ ਹੋਈ ਵਧੀਆ ਨਾ ਇਹ ਪੂਰਾ ਦੇਖੋ ਨੇਚਰ ਨੇਚਰ ਬਿਊਟੀ ਨੇਚਰ ਆ ਜੀ ਇੱਕ ਬੱਦਲ ਵਾਈ ਆ
ਵਧੀਆ ਲੱਗ ਰਹੀ ਬਸ ਇੱਥੇ ਸ਼ੇਰ ਨਹੀਂ ਹੈਗਾ ਤਾਂ ਬਾਕੀ ਪੰਜਾਬ ਆ ਜੇਕਰ ਜੰਗਲ ਸ਼ੇਰ ਵੀ ਹੋਣ ਤਾਂ ਫਿਰ ਟ੍ਰੇਨ ਸਾਰੀ ਖੁੱਲੀ ਹੈ ਚਾਰੇ ਪਾਸੇ ਫੋਲੋ ਮੀ ਮਾਈ ਫੋਲੋ ਮੀ ਮੈਂ ਗਿਰ ਸਕਦਾ ਵਾਂ ਪਰ ਫੋਲੋ ਮੀ ਆਓ ਆਓ ਰੇਨ ਫੋਰੈਸਟ ਦੀ ਫੀਲਿੰਗ ਆ ਰਹੀ ਹੈ ਇੱਧਰ ਪਾਣੀ ਦੀ ਆਵਾਜ਼ ਵੀ ਆ ਰਹੀ ਹੈ ਤੇ ਬੈਂਬੂਸ ਬੈਂਬੂਸ ਲੱਗੇ ਹੋਏ ਨੇ ਬੈਂਬੂਸ ਲੰਬੇ ਲੰਬੇ ਬੈਂਬੂਸ ਬੈਂਬੂਸ ਫੋਲੋ ਮੀ ਕੁਆਲਾ ਸੌਂਦਾ ਪਿਆ ਦੋ ਦੋ ਕੈਮਰਿਆਂ ਦੇ ਵਿੱਚ ਆਪਾਂ ਇੱਧਰ ਦਿਖਾਉਂਦੇ ਤੁਹਾਨੂੰ ਆਹ ਦੇਖੋ ਜੀ ਕੁਆਲਾ ਸੌਂਦਾ ਪਿਆ ਇੱਕ ਬਾਹਰ ਇੱਕ ਕੈਮਰੇ ਦੇ ਅੰਦਰ ਮੇਰੇ ਮਗਰ ਤਜਿੰਦਰ ਐਲੀਗੇਟਰ ਦੀ ਵੀਡੀਓ ਬਣਾਉਂਦਾ ਹੋਇਆ ਬਹੁਤ ਛੋਟਾ ਜਿਹਾ ਐਲੀਗੇਟਰ ਜੀ ਜੇ ਤੁਹਾਨੂੰ ਦਿਖਦਾ ਬੇਬੀ ਐਲੀਗੇਟਰ ਆ ਜੀ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਜਿੰਦਾ ਲੱਗਿਆ ਹੋਇਆ ਇਹਦੇ ਵਿੱਚ ਪਤਾ ਨਹੀਂ ਕੀ ਆ ਠੀਕ ਹੈ ਅਤੇ ਇੱਧਰ ਵੀ ਆ ਗਿਆ ਜੀ ਅਮੈਰੀਕਨ ਐਲੀਗੇਟਰ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਜੇ ਤੁਹਾਨੂੰ ਦਿਖੇ ਤਾਂ ਉਹ ਬੈਠਾ ਜੀ ਲੈ ਤੈਨੂੰ ਕਿੱਥੇ ਦਿਖਦਾ ਉਹ ਬੈਠਾ ਪਰੇ ਚੱਲ ਜੀ ਮਗਰ ਪਾਣੀ ਆਪਣੇ ਫੁੱਲ ਸਪੀਡਾਂ ਦੇ ਤਾਂ ਐਵੇਂ ਕਹਿ ਰਿਹਾ ਮੈਂ ਉੱਥੇ ਘੁੰਮਦਾ ਪਿਆ ਤੇ ਵਿੱਚ ਇਹਦੇ ਉਹ ਟ੍ਰੀ ਹਾਊਸ ਬਣਿਆ ਹੋਇਆ ਜੀ ਤੇ ਉੱਧਰ ਇੱਕ ਛੋਟੀ ਕਿਸ਼ਤੀ ਆ ਤੁਹਾਨੂੰ ਦਿਖਾਉਣਾ ਸ਼ਾਇਦ ਉਹ ਕਿਸੇ ਸਪੈਸ਼ਲ ਟੂਰ ਦਾ ਹਿੱਸਾ ਹੋਊਗੀ ਜਾਂਦਾ ਜਿਵੇਂ ਵੀ ਆ ਪਰ ਆਪਾਂ ਨਹੀਂ ਜਾ ਸਕਦੇ ਉਹਦੇ ਤੇ ਬਾਰੇ ਕੁਛ ਲਿਖਿਆ ਵੀ ਨਹੀਂ ਹੋਇਆ ਪਰ ਜੇ ਤੁਸੀਂ ਉਹ ਆਈਲੈਂਡ 'ਤੇ ਜਾ ਸਕੋ ਤਾਂ ਬਾਹਲਾ ਵਧੀਆ ਅਤੇ ਤੁਹਾਨੂੰ ਫਿਰ ਮੈਂ ਇੱਕ ਚੀਜ਼ ਮਗਰ ਦਿਖਾਉਣਾ ਮੇਰੇ ਦੇਖਦਾ ਹੋਣਾ ਬੰਦਾ ਉਹ ਦੇਖੋ ਜੀ ਉਹ ਸੈਟਿੰਗ ਕਰਦਾ ਫੋਟੋ ਖਿੱਚਣ ਦੀ ਉਹ ਜਿਹੜਾ ਹੀ ਤੁਹਾਨੂੰ ਮੈਂ ਮਗਰ ਦੱਸਿਆ ਸੀਗਾ ਆਪਣਾ ਆਈਲੈਂਡ 'ਚ ਉਹ ਆਪਾਂ ਜਾ ਹੀ ਨਹੀਂ ਸਕਦੇ ਕਿਉਂਕਿ ਉਹਦੇ 'ਤੇ ਨਾ ਜਾਨਵਰ ਨੇ ਤੁਹਾਨੂੰ ਦਿਖਾਉਂਦੇ ਆ ਹਾਂ ਨੇ ਜੀ ਇਹਦੇ ਜਾਨਵਰ ਇੱਥੇ ਸ਼ਾਇਦ ਇਹੋ ਟਾਪੂ 'ਤੇ ਰਹਿਣਾ ਪਸੰਦ ਕਰਦੇ ਹੋਣਗੇ ਤਾਂ ਕਰਕੇ ਇਹਨਾਂ ਲਈ ਇਹ ਜਗ੍ਹਾ ਬਣਾਈ ਗਈ ਆ ਆ ਜੀ ਆਸਟ੍ਰੇਲੀਆ ਦੇ ਕੈਂਗਰੂਸ ਕੰਗਾਰੂ ਪੰਜਾਬੀ 'ਚ ਕਹਿੰਦੇ ਜਿਨ੍ਹਾਂ ਨੂੰ ਤੁਹਾਨੂੰ ਜੂਮ ਕਰਕੇ ਦਿਖਾਉਣਾ ਜਿਹੜਾ ਬੈਠਾ ਜੀ ਇਹ ਬਹਿੰਦੇ ਆਏ ਨੇ ਜਿਵੇਂ ਉਹ ਪਿਆ ਵਾ ਇਹ ਮਤਲਬ ਇਹਦਾ ਰੈਸਟ ਟਾਈਮ ਇਹ ਕੁਛ ਖਾ ਰਿਹਾ ਆਹ ਵੀ ਦੇਖੋ ਵੀ ਪਿਆ ਆਹ ਬੈਠਾ ਅਤੇ ਇਹ ਆਪਦਾ ਬੱਚਾ ਜਾਂ ਟੋਕਰੀ ਹੁੰਦੀ ਇਹਨਾਂ ਦੇ ਮੂਹਰੇ ਢਿੱਡ ਦੇ ਬਣੀ ਰੱਬ ਵੱਲੋਂ ਉਹਦੇ 'ਚ ਪਾ ਕੇ ਰੱਖਦੇ ਨੇ ਇਸ ਟਾਈਮ 'ਤੇ ਕੋਈ ਬੱਚਾ ਹੈ ਨਹੀਂ ਗਾ ਨਹੀਂ ਤਾਂ ਤੁਹਾਨੂੰ ਦਿਖਾ ਦਿੰਦੇ ਨਾ ਜੀ ਤੁਹਾਨੂੰ ਸੱਪ ਦੇ ਦਰਸ਼ਨ ਕਰਾ ਦਈਏ ਅਤੇ ਸੱਪ ਬੈਠਾ ਬੈਠਾ ਤਜਿੰਦਰ ਦਾ ਕੈਮਰਾ ਆਹ ਦੇਖੋ ਜੀ ਇਹ ਤੁਹਾਨੂੰ ਦੇਖਦਾ ਉਹ ਕਿੱਦਾਂ ਹੈਲੋ ਬਈ ਕਿੱਦਾਂ ਤਜਿੰਦਰ ਕਿੱਦਾਂ ਤਜਿੰਦਰ ਆਜੋ ਜੀ ਆਜੋ ਤੁਹਾਨੂੰ ਚਿੜੀਆ ਘਰ ਦਿਖਾਈਏ ਆਜੋ ਜੀ ਆਜੋ 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 ਹਾਂ ਨੇ ਜੀ ਅਫਰੀਕਨ ਪੇਂਟਡ ਡੋਗ ਇਹਨਾਂ 'ਤੇ ਪੇਂਟ ਕੀਤਾ ਹੋਇਆ ਕਹਿੰਦੇ ਤਾਂ ਕਰਕੇ ਜੀ ਪੇਂਟਡ ਡੋਗ ਨੇ ਖਤਰਨਾਕ ਨੇ ਬਹੁਤ ਹੀ ਆਪਾਂ ਬੈਠੇ ਜੀ ਕੰਗਾਰੂ ਨਾਲ ਹੱਥ ਲਾਈ ਲਿਆ ਫਾਈਨਲੀ ਹਟਿਆ ਨਹੀਂ ਇਹ ਕੁਛ ਖਾ ਰਿਹਾ ਪਰ ਇਹਦੂ ਬਾਅਦ ਆਪਾਂ ਹੱਥ ਸੈਨੇਟਾਈਜ਼ ਜ਼ਰੂਰ ਕਰਨੇ ਨੇ ਹੈਲੋ ਟੋਮੀ ਇੱਧਰ ਪੁੱਤਰ ਇੱਧਰ ਵੀਡੀਓ ਬਣਦੀ ਹੈ ਇੱਧਰ ਉਹਦੇ ਡਾਇਰੈਕਟਰ ਸਾਹਿਬ ਉਹ ਇੱਧਰ ਦੇਖ ਲਓ ਉਹਨੂੰ ਚਿੜੀ ਨੂੰ ਰਹਿਣ ਦੇ ਦੇਖਣ ਨੂੰ ਜਿੱਦੀ ਬਹੁਤ ਆ ਜੀ ਤੇਰੇ ਵਰਗਾ ਪੂਰਾ ਜਿੱਦੀ ਹੈ ਜੋ ਜਾਨਵਰ ਉਧਰ ਕੋਈ ਖੰਭਾ ਲਾਉਂਦਾ ਉਹਦੇ ਤੇਰੇ ਵਰਗਾ ਜਿੱਦੀ ਹੈ ਉਹ ਇੱਧਰ ਕੈਮਰਾ ਛੋਟੂ ਓਏ ਛੋਟੂ ਇੱਧਰ ਕੈਮਰਾ ਨਹੀਂ ਮੰਨਦਾ ਜੀ ਪੂਰਾ ਨਹੀਂ ਮੰਨਦਾ
ਸ਼ਕਲੀ ਉਧਰ ਨੂੰ ਕਰ ਲਈ ਮੰਨਣਾ ਕਿੱਥੇ ਆਣੇ ਬੈਠਾ ਕਿਹਦੇ ਨਾਲ ਫਿਰ ਕਦੇ ਇਹ ਵੀ ਮੰਨੇ ਆ ਇਹ ਜਿਹੜਾ ਬੈਠਾ ਬੰਦਾ ਬਹੁਤ ਪਿਆਰਾ ਜੀ ਬਹੁਤ ਜ਼ਿਆਦਾ ਪਿਆਰਾ ਇਹ ਜਿਹੜਾ ਬੰਦਾ ਬੈਠਾ ਨਾ ਕਦੇ ਇਹ ਮੰਨਿਆ ਤੇ ਨਾ ਇਹਦੀ ਗੱਲ ਅੱਗੇ ਕੰਗਾਰੂ ਮੰਨਿਆ ਬਹੁਤ ਤੇਰੀ ਜੀ ਖਾਜ ਹੋਣ ਲੱਗ ਗਈ ਉਹਦੇ ਆਪਾਂ ਖਾਜ ਕਰਦੀ ਥੋੜ੍ਹੀ ਜੀ ਇਹਨਾਂ ਨੂੰ ਖਾਜ ਕਰਾਉਣੀ ਬਹੁਤ ਪਸੰਦ ਆ ਆਪਾਂ ਖਾਜ ਕਰਤੀ ਤੇ ਹੁਣ ਆਪਾਂ ਸੈਨੇਟਾਈਜ਼ਰ ਲੱਭਣਾ ਪੈਣਾ ਉਹ ਦੇਖੀ ਪਿੱਛੇ ਈਮੋ ਕਹਿੰਦੇ ਨੇ ਮੈਨੂੰ ਪੱਕਾ ਨਹੀਂ ਪਤਾ ਕੀ ਕਹਿੰਦੇ ਨੇ ਮੇਰੀ ਨੌਲੇਜ ਇਹੋ ਜਿਹੀ ਹੈ ਪਰ ਇਹ ਪਹਿਲਾਂ ਰੈਸਟ ਏਰੀਏ 'ਚ ਸੀਗਾ ਹੁਣ ਇੱਧਰ ਆ ਗਿਆ ਤੇ ਮੈਨੂੰ ਲੱਗਦਾ ਕਹਿੰਦਾ ਵੀ ਫੋਟੋ ਖਿੱਚ ਮੇਰੀ ਫੋਟੋ ਖਿੱਚ ਮੇਰੀ ਫੋਟੋ ਖਿੱਚ ਮੇਰੀ ਫੋਟੋ ਉਹ ਸੀਨ ਲੱਗਦਾ ਅਤੇ ਤੇਜਿੰਦਰ ਕਹਿੰਦਾ ਨਹੀਂ ਮੈਂ ਖਤਰੋਂ ਕੇ ਖਿਲਾੜੀ 'ਚ ਦੇਖਿਆ ਇਹ ਬੰਦੇ ਚੱਕ ਚੱਕ ਮਾਰਦਾ ਇਸ ਕਰਕੇ ਅਸੀਂ ਇਹਦੇ ਨੇੜੇ ਨਹੀਂ ਜਾ ਰਹੇ ਆਹ ਵਧੀਆ ਛੋਟਾ ਜਿਹਾ ਸਾਡੇ ਕੋਲ ਆ ਬੈਠਾ ਥੱਲੇ ਆਹ ਵਧੀਆ ਆਪਾਂ ਇਹਦੀ ਭੋਜਨ ਦਾ ਵਧੀਆ ਪਿੱਛੇ ਲੱਗਦਾ ਇਹ ਵੀ ਦਿੰਦੀ ਵੱਢ ਲੈ ਮਾੜੇ ਸਮੇਂ ਦਾ ਪਤਾ ਨਹੀਂ ਹੁੰਦਾ ਅਤੇ ਉਹ ਦੇਖੋ ਜੀ ਮੇਰੇ ਮਗਰ ਤਿਆਰ ਰੱਖੀ ਬਾਈ ਮੇਰੇ ਮਗਰ ਆ ਕੇ ਕਿਤੇ ਜਮੀ ਗੱਲ ਨਾ ਲੱਗ ਜਾਏ ਆਹ ਦੇਖੋ ਜੀ ਬਹੁਤ ਵਧੀਆ ਜਾਨਵਰ ਆ ਸਪੈਸ਼ਲ ਆਇਆ ਫੋਟੋ ਖਿਚਾਉਣ ਉਹਨੂੰ ਪਤਾ ਕਿ ਕੈਮਰਾ ਮੇਰੇ ਬਿਲਕੁਲ ਪਿੱਛੇ ਮੈਨੂੰ ਡਰ ਵੀ ਬਹੁਤ ਲੱਗ ਰਿਹਾ ਆਹ ਦੇਖੋ ਜੀ ਮੈਂ ਨਹੀਂ ਖਿਚਾਉਣੀ ਤੇ ਜਾਂਦਾ ਮਗਰ ਮਗਰ ਹੋ ਗਿਆ ਉਹ ਆਵਾਜ਼ ਵੀ ਕੱਢਦਾ ਅਤੇ ਗੁੱਡ ਐਕਸਪੀਰੀਅੰਸ ਆ ਜੀ ਤੁਸੀਂ ਆਓ ਜ਼ਰੂਰ ਬਾਕੀ ਤੁਹਾਨੂੰ ਰੀਵਿਊ ਗੱਡੀ 'ਚ ਬਹਿ ਕੇ ਦੇਵਾਂਗੇ ਵਧੀਆ ਜੀ ਇਹਨਾਂ ਦੇ ਕਿਉਂਕਿ ਇੱਥੇ ਹੀ ਜੰਮੇ ਪਲੇ ਹੁੰਦੇ ਨੇ ਇਹਨਾਂ ਨੂੰ ਪਤਾ ਹੁੰਦਾ ਕਿ ਲੋਕ ਆਉਂਦੇ ਨੇ ਤਾਂ ਇਸ ਕਰਕੇ ਕੋਈ ਜ਼ਿਆਦਾ ਪ੍ਰੋਬਲਮ ਤੁਹਾਨੂੰ ਆਉਂਦੀ ਨਹੀਂ ਇਹ ਦੇਖੋ ਇਹ ਤੇਜਿੰਦਰ ਦੇ ਨਾਲ ਹੀ ਫੋਟੋ ਖਿਚਾਉਣ ਨੂੰ ਫਿਰਦਾ ਬਿਲਕੁਲ ਤੇਜਿੰਦਰ ਦੇ ਮਗਰ ਮਗਰ ਫਿਰਦਾ ਜੀ ਭਰਾਵਾ ਜਾਣਦੇ ਹੁਣ ਇਹ ਸਾਡੇ ਮਗਰ ਮਗਰ ਹੋ ਗਏ ਜੀ ਹੁਣ ਸਾਨੂੰ ਨਹੀਂ ਪਤਾ ਸਾਡਾ ਕੀ ਬਣਨਾ ਤੈਨੂੰ ਦੱਸਿਆ ਤੇਰੇ ਮਗਰ ਹੀ ਆਉਂਦਾ ਭੱਜੀ ਨਾ ਜੇ ਭੱਜ ਲਿਆ ਫਿਰ ਇਹਨੇ ਪੱਕਾ ਭੱਜ ਲੈਣਾ ਇਹ ਜੀ ਬੜਾ ਵਧੀਆ ਆੜੀ ਨਿਕਲਿਆ ਸਾਡਾ ਬਿਲਕੁਲ ਸਾਡੇ ਨਾਲ ਸਾਨੂੰ ਆਪਦਾ ਜ਼ੂ ਦਿਖਾ ਰਿਹਾ ਗਾਈਡ ਹੀ ਲੱਗਦਾ ਸਾਨੂੰ ਤਾਂ ਕਿ ਗਾਈਡ ਹੈ ਸਾਡਾ ਅਤੇ ਗਾਹਾਂ ਆ ਗਿਆ ਗੇਟ ਅਸੀਂ ਉੱਥੋਂ ਬਚ ਕੇ ਨਿਕਲ ਜਾਣਾ ਅਤੇ ਇਹਨੂੰ ਇੱਥੇ ਛੱਡ ਜਾਣਾ ਪਰ ਵਧੀਆ ਯਾਰ ਇਹ ਤੁਹਾਡੇ ਨਾਲ ਨਾਲ ਆਉਂਦਾ ਹੈ ਨਾ ਆਓ ਭਗਤ ਕਰਤੀ ਆ ਸਾਡੀ ਰਿਸਪੈਕਟ ਕੀਤੀ ਇਹਨੇ ਪੂਰੀ ਹੋਰ ਕਿਸੇ ਜਾਨਵਰ ਨੇ ਨਹੀਂ ਕੀਤੀ ਸਪੈਸ਼ਲ ਆਇਆ ਰੈਸਟ ਏਰੀਆ 'ਚ ਉੱਠ ਕੇ ਅਸੀਂ ਜਾ ਰਹੇ ਜੀ ਵਾਪਸ ਜੇ ਫਿਰ ਆਪਦੇ ਉਹਦੇ ਘਰਾਉਣੇ ਨਾਲ ਲੱਗਾ ਹੈ ਵਧੀਆ ਲੱਗਦਾ ਟਰੈਕ ਜੇ ਨਜ਼ਾਰਾ ਆ ਰਿਹਾ ਟ੍ਰੇਨ 'ਚ ਬਹਿਣ ਦਾ ਬੱਚਿਆਂ ਵਾਲੀ ਟ੍ਰੇਨ 'ਚ ਮੇਲੇ ਵਾਲੀ ਫੀਲਿੰਗ ਆਉਂਦੀ ਹੈ ਕਿ ਨਹੀਂ ਨਜ਼ਾਰਾ ਆਈ ਜਾਂਦਾ ਨਜ਼ਾਰਾ ਜਾਈ ਜਾਂਦਾ ਆਈ ਜਾਂਦਾ ਨਜ਼ਾਰਾ ਜਾਈ ਜਾਂਦਾ ਨਜ਼ਾਰਾ ਆਈ ਇੱਕ ਗੱਲ ਉਹ ਚੱਟ ਵਰਗਾ ਬੰਦਾ ਪੂਰੀ ਦੁਨੀਆ ਠੀਕ ਹੈ ਜੀ ਦੇਖੋ ਤੁਸੀਂ ਲਓ ਨਜ਼ਾਰੇ ਅਤੇ ਅਸੀਂ ਵੀ ਲੈ ਜਾਂਦੇ ਨਜ਼ਾਰੇ ਟ੍ਰੇਨ ਵਾਲਾ ਕੰਮ ਬਹੁਤ ਵਧੀਆ ਬਹੁਤ ਨਜ਼ਾਰੇਦਾਰ ਅਸੀਂ ਲਿਆਂਦਾ ਜੀ ਮੈਕਡੋਨਲਡ ਫਿਰ ਅਤੇ ਹਮੇਸ਼ਾ ਦੀ ਤਰ੍ਹਾਂ ਗੱਡੀ 'ਚ ਬਹਿ ਕੇ ਖਾਵਾਂਗੇ ਤੁਹਾਨੂੰ ਦੱਸਿਆ ਹੋਇਆ ਕਰੋਨਾ ਕਰਕੇ ਡਾਈਨਿੰਗ ਉੱਥੇ ਹੈ ਨਹੀਂ ਜੀ ਅਤੇ ਅਸੀਂ ਲਿਆਂਦੇ ਜੀ ਬਰਗਰ ਉਹ ਖਾਵਾਂਗੇ ਭੁੱਖ ਬੜੀ ਲੱਗੀ ਆ ਲਓ ਜੀ ਪੇਟ ਪੂਜਾ ਹੋ ਗਈ ਕਹਿੰਦੇ ਨੇ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਅਸੀਂ ਪਰ ਪਹਿਲਾਂ ਦੂਜਾ ਕੰਮ ਪਹਿਲਾਂ ਕਰ ਲਿਆ ਅਸੀਂ ਉਲਟ ਚੱਲਦੇ ਹਾਂ ਕਿਉਂਕਿ ਸਾਡੇ ਢਿੱਡ ਬਹੁਤ ਵਧੇ ਪਏ ਨੇ ਰੀਜ਼ਨ ਕੀ ਆ ਕਿ ਅਸੀਂ ਕਰੋਨਾ ਜਿਮ ਜਾ ਨਹੀਂ ਹੁੰਦਾ ਤੇ ਮੇਰਾ 77 ਕਿਲੋ ਭਾਰ ਸੀ 82-83 ਹੋਇਆ ਫਿਰਦਾ ਸਾਡਾ ਓਨਾ ਹੀ ਆ ਤੇਰਾ ਪਤਾ ਨਹੀਂ ਓਨਾ ਹੀ ਆ ਸਾਡਾ ਤਾਂ 5-6 ਕਿਲੋ ਵੱਧ ਗਿਆ ਜੀ ਟਰਾਈ ਕਰ ਲਈ ਘਟਾ ਲਈਏ ਤੇ ਜੇ ਆਪਾਂ ਗੱਲ ਕਰ ਲਈਏ ਜੀ ਜਿਹੜਾ ਆਪਾਂ ਦੇਖ ਕੇ ਆਏ ਆ ਬਿੱਗ ਪਾਈਨ ਐਪਲ ਉਹ ਕਾਫੀ ਵਧੀਆ ਚੀਜ਼ ਆ ਜੀ ਤੁਸੀਂ ਬੱਚਿਆਂ ਨਾਲ ਜਾ ਸਕਦੇ ਹੋ ਟ੍ਰੇਨ $5 ਦੀ ਟਿਕਟ ਆ ਟ੍ਰੇਨ ਦੀ ਅਤੇ ਬੱਚਿਆਂ ਦੀ ਤਾਂ ਹੈ ਨਹੀਂ ਗੀ ਅਡਲਟ ਦੀ ਆ ਪਲੱਸ ਜ਼ੂ ਦੀ ਟਿਕਟ ਆ ਤਾਂ ਸਾਡੇ 68 ਜਾਂ 69 ਇੰਨੇ ਕੁ ਸੀ ਨਾ 68 69 ਇੰਨੇ ਕੁ ਦੋ ਜਣੇ ਦੇ ਸਣੇ ਟ੍ਰੇਨ ਦੀ ਟਿਕਟ ਸਣੇ ਜ਼ੂ ਦੀ ਟਿਕਟ ਸੀਗੀ ਅਤੇ ਵਧੀਆ ਸੀਗਾ 2-2.5 ਘੰਟੇ ਸਾਡੇ ਸੋਹਣੇ ਲੰਘੇ ਤਿੰਨ ਲਾਤੇ ਹੁਣ ਈਮੋ ਇਹਦੇ ਪਿੱਛੇ ਵੀ ਪੈ ਗਿਆ ਸੀ ਉਹ ਵਧੀਆ ਸੀਗਾ ਜੀ ਜਾਨਵਰ ਬੜਾ ਪਿਆਰਾ ਸੀਗਾ ਵੈਸੇ ਅਸੀਂ ਡਰਦਿਆਂ ਨੇ ਹੱਥ ਨਹੀਂ ਲਾਇਆ ਜੇ ਉਹਨੂੰ ਹੱਥ ਲਾ ਲੈਂਦੇ ਅਗਲੀ ਵਾਰੀ ਹਿੰਮਤ ਕਰਾਂਗੇ ਤੇਜਿੰਦਰ ਕਰੂਗਾ ਹਿੰਮਤ ਮੈਂ ਨਹੀਂ ਕਰਦਾ ਇੱਦਾਂ ਹੀ ਕਰਾਵਾਂਗੇ ਲੱਗਦਾ ਡਰ ਆਪਾਂ ਤਾਂ ਕੰਗਾਰੂ ਵਾਲੀ ਆ ਇਹ ਕੰਗਾਰੂ ਵਾਲਾ ਹੀ ਤੇ ਚਲੋ ਜੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਚੈਨਲ ਸਾਡਾ ਸਬਸਕ੍ਰਾਈਬ ਕਰ ਦਿਓ ਹਾਂ ਜੋ ਕਰ ਲਿਓ ਜੀ ਜੇ ਕਰ ਹੁੰਦਾ ਤੁਹਾਨੂੰ ਵੈਸੇ ਕੋਈ ਇਸ਼ੂ ਨਹੀਂ ਹੈਗਾ ਕਰ ਲਿਓ ਵਧੀਆ ਗੱਲ ਆ ਅਸੀਂ ਕਿਸੇ ਦੀ ਵੀਡੀਓ ਬਣਾ ਫਿਰ ਆਪਾਂ ਹੋਰ ਬਣਾਉਂਦੇ ਰਹਾਂਗੇ ਤੇ ਚਲੋ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਤਦ ਤੱਕ ਲਈ